ਇਹ ਸਾਰਾ ਮਕਾਨ ਇਹ ਜਿਹਦਾ ਪਵੇ ਸਾਰਾ ਹਾਲਾਤ ਪਾਣੀ ਜੋ ਆਏ ਇੱਥੋਂ 12-13 ਫੁੱਟ ਬੁਲੰਦੀ ਹੈ ਇਹ ਮਕਾਨ ਚੌਦਵਾਰੀ ਸੱਟ ਗਏ ਸਾਰਾ ਸਿਲ ਸੀਮੈਂਟ ਹਰ ਸ਼ੈ ਦਾ ਕੋਈ ਪਤਾ ਨਹੀਂ ਅਬ ਆਗੇ ਜੋ ਇਨਕੇ ਮਕਾਨ ਆਤੇ ਹੈ ਵੋ ਵੀ ਦਰਮਿਆਨ ਕਹਿ ਰਹੇ ਹੈ ਕਿ ਹਮ ਡਰ ਕੀ ਵਜ੍ਹਾ ਸੇ ਅੰਦਰ ਦਾਖਲ ਨਹੀਂ ਹੋ ਰਹੇ ਹਮੇਂ ਡਰ ਲਗਤਾ ਹੈ ਕਿ ਕਹੀਂ ਇਹ ਗਿਰ ਨਾ ਜਾਏ ਵਾਕਈ ਇਨਕੀ ਇਹ ਹਾਲਤ ਇਹ ਹੋ ਚੁੱਕੀ ਹੈ ਅਬ ਇਹ ਦੇਖੇ ਇਹ ਦਰਮਿਆਨ ਕੇ ਅੰਦਰ ਬਿਲਕੁਲ ਸੁਰਾਖ ਹੋ ਚੁੱਕੇ ਹੈ ਔਰ ਨੀਚੇ ਇਨਕੀ ਜੋ ਬੁਨਿਆਦੇ ਹੈ ਵੋ ਵੀ ਹਿਲ ਚੁੱਕੇ ਹੈ ਪਾਣੀ ਨੇ ਉਨ ਨੀਚੇ ਸੇ ਉਨਕੋ ਖਾ ਲਿਆ ਹਕੂਮਤ ਸੇ ਅਪੀਲ ਹੈ ਅੱਲਾਹ ਵਾਸਤੇ ਸਾਡਾ ਮਦਦ ਕਰੇ ਸਾਕੋ ਮਕਾਨ ਬੜਾ ਦੇਵੇ ਸਾਡੇ ਕਲਾਰੇ ਕਰੋ ਕੱਪੜੇ ਹਰ ਸ਼ੈ ਪਾਣੀ ਚਾਹ ਗਏ ਕਸ਼ੇ ਨਹੀਂ ਬਚਾਈਂਦੇ ਦਾਣੇ ਲਾ ਕੇ ਡੇਰਾ ਪੈ ਦਾਣੇ ਦਾ ਹਾਲਾਤ ਦੇਖ ਆਜ ਦੇ ਦੇ ਕਰੀ ਸਾਹਿਬ ਇਹ ਹਾਲ ਹੈ ਦੇਖ ਇਹ ਦਾਣੇ ਦਾ ਇਹ ਹਾਲ ਹੈ ਇਹ ਮੰਜੇ ਦੇਖ ਚੁੱਕੇ ਪਾਣੀ ਅੰਦਰ ਲਾ ਥੈ ਅਸਾਂ ਪਾਣੀ ਜੋ ਅੱਜ ਦਰੁਖ ਦੇ ਲਿਖਤੇ ਆ ਸਾਡੇ ਮਵੇਸ਼ੀ ਕੱਟ ਗਏ ਬਈ ਕਸ਼ੇ ਦੇ ਹਰ ਸ਼ੈ ਮਕਾਨੇ ਦੇ ਵਿੱਚ ਰਹਿ ਗਏ ਚੌ ਦੀਵਾਰੀ ਦੇਖ ਮਕਾਨੇ ਦਾ ਹਾਲ ਤੁਹਾਡਾ ਨਾਂ ਕੀ ਚਾਚਾ ਮੈਂ ਅੱਲਾ ਦਿੱਤਾ ਵਲਦ ਗੁਲਾਮ ਹੈਦਰ ਅਤੀ ਭੱਡਾ ਅੱਲਾ ਦਿੱਤਾ ਵਲਦ ਗੁਲਾਮ ਹੈਦਰ ਬਸਤੀ ਭੱਡਾ ਕੇ ਇਹ ਰਹਿਣੇ ਵਾਲੇ ਹੈ ਇਹ ਵਿਚਾਰੇ ਅਪੀਲ ਕਰ ਰਹੇ ਹੈ ਕਹਿ ਰਹੇ ਹੈ ਕਿ ਇਹ ਸਾਰੀ ਚੀਜ਼ਾਂ ਆਪਕੇ ਸਾਹਮਣੇ ਆਪ ਦੇਖ ਰਹੇ ਹੈ ਹਕੂਮਤ ਸੇ ਅਪੀਲ ਹੈ ਵਜ਼ੀਰ ਆਲਾ ਸੇ ਅਪੀਲ ਹੈ ਸ਼ਬਾਜ਼ ਸ਼ਰੀਫ ਸੇ ਅਪੀਲ ਹੈ ਸਾਡਾ ਮਿਹਰਬਾਨੀ ਕਰੇ ਮਕਾਨ ਬਣਾ ਦੇਵੇ ਇਹ ਬਸਤੀ ਭੱਡਾ ਇੱਥੇ 300-250 ਜੁਗਾ ਸਾਰੇ ਇਵੇਂ ਹਾਲਾਤ ਮੇ ਖਤਮ ਥੀ ਚੁੱਕੇ ਹਨ ਨਾ ਹਵੇਲੀ ਬਚੇ ਨਾ ਮਕਾਨ ਬਚੇ ਨਾ ਕਰੇ ਖੌਫ ਅੰਦਰ ਨਹੀਂ ਦਾਖਲ ਦੇ ਜੇਲੇ ਬਾਰੇ ਤਿਆਰ ਥੀ ਦੇ ਉਤਲਾ ਗੱਟਾ ਜੋ ਲੁੱਟ ਦੇ ਸਕੋ ਖਤਮ ਕੀਤੀ ਵੇਲੇ ਠੀਕ ਹੈ ਇਨਸ਼ਾ ਅੱਲਾਹ ਅਬ ਮੁਖੈਰ ਹਜ਼ਰਾਤ ਸੇ ਦਰਖਾਸਤ ਕਰ ਰਹੇ ਹੈ ਕਿ ਇਨ ਵਿਚਾਰੋਂ ਕੇ ਸਾਥ ਭਰਪੂਰ ਤਾਵੁਨ ਕਰੇ ਇਨਕੇ ਮਕਾਨਾਤ ਵੀ ਗਿਰ ਚੁੱਕੇ ਚਾਰ ਦੀਵਾਰੀ ਵੀ ਗਿਰ ਗਈ ਹੈ ਅਬ ਜੋ ਮਕਾਨਾਤ ਹੈ ਵੋ ਬਿਲਕੁਲ ਆਖਰੀ ਨਹਿਜ ਪੇ ਖੜੇ ਹੋ ਆਖਰੀ ਕਿਨਾਰੇ ਪੇ ਇਹ ਕਹਿ ਰਹੇ ਹਮ ਡਰ ਕੇ ਮਾਰੇ ਅੰਦਰ ਦਾਖਲ ਨਹੀਂ ਹੋ ਰਹੇ ਕਿ ਕਹੀਂ ਐਸਾ ਨਾ ਹੋਈ ਹਮਾਰੇ ਉੱਪਰ ਗਿਰ ਨਾ ਜਾਏ ਵਾਕਈ ਐਸਾ ਹੈ